अस्सलामुअलैकुम, बिस्मिल्लाहिर्रहमानिर्रहीम, अल्हम्दुलिल्लाह। असी दो मशकां जिहड़ियां जी मुकम्मल कर चुके हैं। हुण असी तीसरी मशक जिहड़ी है ना जीम अलफ जा, वो असी शुरू करांगे। तो अल्हम्दुलिल्लाह रिस्पोंस काफ़ी आ रहा वा, तो कोशिश करी दी है कि इहनूं अच्छे तरीके नाल ना समझाया जाए। तो उम्मीद करने कि तुसीं भी इहनूं अच्छे तरीके नाल समझोगे तो और जिहड़ा ना असर होएगा, रिजल्ट आएगा। तो उम्मीद है भी दुआ करो असी भी इनू करते रहिए, तुसी इनू समझते रहो। शुक्रिया जी। बिस्मिल्लाहिर्रहमानिर्रहीम, मशक साड़ी जी अज मशक नंबर है 29। तो लफ्ज़ साड़ी सबक है जीम नून जन। ਅਸੀਂ ਉੱਪਰ ਉੱਪਰ ਲਿਖਿਆ, ਹੁਣ ਅਸੀਂ ਨੀਚੇ ਲਿਖਾਂਗੇ। ਇਹ ਕੋਨੇ ਨੇ ਬਣੇਗਾ ਇਹ ਹਿੱਸਾ ਜਿਹੜਾ ਜੀਮ ਦਾ। ਇਹ ਫਿਰ ਜਿਹੜਾ ਬੇ ਨੂੰ ਬੰਨ ਇਸ ਲਾਈਨ ਤੱਕ ਸਿੱਧਾ ਲੈ ਗਿਆ, ਫਿਰ ਇਹਦਾ ਦਾਇਰਾ ਬਣਾਵਾਂਗੇ। ਅਸੀਂ ਵਕਤ ਦੀ ਕਮੀ ਨਾਲ ਲਫ਼ਜ਼ ਦੋ ਜਾਂ ਤਿੰਨ ਲਿਖਣੇ ਹੁੰਦੇ ਨੇ। ਬਾਕੀ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਪੂਰਾ ਜਿਹੜਾ ਸਫ਼ਾ ਹੈ ਨਾ ਲਿਖੋ। ਜਦੋਂ ਸਫ਼ਾ ਲਿਖਣਾ ਉੱਨੀ ਦੇਰ ਨੂੰ ਫਿਰ ਉਹ ਲਫ਼ਜ਼ ਦੀ ਰਵਾਨਗੀ ਵੀ ਆ ਜਾਂਦੀ ਹੈ ਅਤੇ ਲਫ਼ਜ਼ ਦੀ ਪਹਿਚਾਣ ਵੀ ਹੋ ਜਾਂਦੀ ਹੈ। ਕਿਉਂਕਿ ਅੱਜ ਅਸੀਂ ਲਫ਼ਜ਼ ਵੀ ਤਿੰਨ ਲਿਖਣੇ ਨੇ ਅਤੇ ਇਹਦੇ ਨਾਲ ਹੀ ਜਿਵੇਂ ਜੋ ਹੋਏਗਾ। ਨੁਕਤਾ ਇਸ ਲੈਣ 'ਤੇ ਬਣਾਵਾਂਗੇ ਤਾਂ ਕਿ ਜਿੰਨਾ ਕਿ ਅੱਜ ਇਹਦਾ ਲਿਖਿਆ, ਇਸ ਲਈ ਦੇ ਵਿੱਚ ਅੱਜ ਲਫ਼ਜ਼ ਅਸੀਂ ਤਿੰਨ ਲਿਖ ਰਹੇ ਹਾਂ ਅਤੇ ਵਕਤ ਦੇ ਲਿਹਾਜ਼ ਨਾਲ ਤਾਂ ਕਿ ਉਨੇ ਟਾਈਮ ਦੇ ਵਿੱਚ ਜੀ ਅੱਜ ਸਾਡੀ ਮਸ਼ਕ ਦੇ ਲਫ਼ਜ਼ ਜਿਹੜੇ ਨੇ ਇਹ ਹੋ ਗਏ ਤਿੰਨ। ਇਸ ਲਈ ਪਿੱਛੇ ਜਿਹੜੇ ਆ ਨਾ ਉਹ ਰਹਿ ਜਾਣਗੇ ਦੋ, ਜੀਮ ਜੀ ਜੀ ਅਤੇ ਜੀਮ ਜੇ। ਹਾਂਜੀ।